ਵਰਦਾਵਨ ਪ੍ਰਭ ਯਸ਼ੂ ਤੇਰਾ ਬਹੁਤ ਧੰਨਵਾਦ ਕਰਦੇ ਤੇਰੀ ਵਡਿਆਈ ਕਰਦੇ ਹਨ। ਤੇਰੇ ਵਚਨ 'ਚ ਲਿਖਿਆ ਹੈ ਜਿਸ ਵੀ ਹਾਲਤ ਵਿੱਚ ਹੋ ਤੇਰਾ ਧੰਨਵਾਦ ਕਰੋ। ਅਤੇ ਯਾਦ ਇੱਕ ਜਿਸ ਤਰ੍ਹਾਂ ਬਾਈਬਲ ਕਹਿੰਦੀ ਹੈ ਕਿ ਹਰ ਇੱਕ ਕੰਮ ਦਾ ਸਮਾਂ ਹੈ। ਉਹਦਾ ਇੱਕ ਸਮਾਂ ਸੀ ਬੀਬੀ ਵੀਰੋ ਹਰਾਂ ਦਾ ਇਸ ਧਰਤੀ ਦੇ ਉੱਪਰ ਜਨਮ ਹੋਇਆ, ਪਰ ਅੱਜ ਸਮਾਂ ਹੈ ਜਦੋਂ ਆਪਣਾ ਇਸ ਧਰਤੀ ਦਾ ਸਫ਼ਰ ਪੂਰਾ ਕਰਕੇ ਪ੍ਰਭੂ ਦੇ ਕੋਲ ਚਲੇ ਗਏ ਹਨ। ਅਤੇ ਅਸੀਂ ਉਹਨਾਂ ਵਾਸਤੇ ਬੇਨਤੀ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯਸ਼ੂ, ਉਹਦੇ ਘਰ ਨੂੰ, ਪਰਿਵਾਰ ਨੂੰ, ਜੀਆਂ ਨੂੰ, ਤੇਰੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਤੇਰੇ ਹੱਥਾਂ 'ਚ ਦਿੰਦੇ ਹਾਂ। ਹੌਸਲਾ ਤਸੱਲੀ ਦੇ, ਕਿਉਂਕਿ ਹੌਸਲਾ ਤਸੱਲੀ ਤੇਰੇ ਕੋਲ ਹੈ। ਔਰ ਪ੍ਰਭੂ ਯਸ਼ੂ, ਜਦ ਅਸੀਂ ਬੀਬੀ ਹੋਰਾਂ ਨੂੰ ਦਫਨਾਉਣ ਦੇ ਲਈ ਜਾ ਰਹੇ ਹਾਂ, ਪ੍ਰਭੂ ਯਸ਼ੂ ਸਾਡੀ ਸਾਰਿਆਂ ਦੀ ਮਦਦ ਕਰਨੀ, ਸਹਾਇਤਾ ਕਰਨੀ, ਔਰ ਹਰ ਇੱਕ ਭੈਣ ਭਰਾ ਨੂੰ ਹੌਸਲਾ ਤਸੱਲੀ ਦੇਣੀ। ਅਤੇ ਪ੍ਰਾਰਥਨਾ ਯਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ।
ਤੇ ਜਦ ਬੀਬੀ ਬਿਰੋਹਰੀ ਇਸ ਧਰਤੀ ਤੋਂ ਆਪਣਾ ਸਫ਼ਰ ਪੂਰਾ ਕਰ ਗਏ ਤੇ ਉਹਨਾਂ ਨੂੰ ਅਸੀਂ ਇਸ ਜਗ੍ਹਾ 'ਤੇ ਦਫਨਾਉਣ ਦੇ ਲਈ ਆਏ ਹਾਂ ਤੇ ਅਸੀਂ ਸਭ ਰਿਸ਼ਤੇਦਾਰ ਭੈਣ ਭਰਾਵਾਂ ਵਾਸਤੇ ਬੇਨਤੀ ਪ੍ਰਾਰਥਨਾ ਕਰਦੇ ਤੂੰ ਹੌਸਲਾ ਤਸੱਲੀ ਦੇ ਕਿਉਂਕਿ ਹੌਸਲਾ ਤਸੱਲੀ ਤੇਰੇ ਕੋਲ ਹੈ ਅਤੇ ਇਸ ਤੋਂ ਪਹਿਲੇ ਘਰ ਦੇ ਵਿੱਚ ਰਿਸ਼ਤੇਦਾਰ ਆਏ ਹੋਣਗੇ ਉਹਨਾਂ ਨੇ ਇੱਕ ਦੂਜੇ ਦੇ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਹੋਣਗੀਆਂ ਪਰ ਅਸੀਂ ਜਾਣਦੇ ਹਾਂ ਕਿ ਉਹ ਜ਼ਿਆਦਾ ਹੋ ਸਕਦਾ ਹੈ ਤਸੱਲੀ ਨਾ ਹੀ ਦੇ ਸਕਣ ਪਰ ਅਸੀਂ ਇਹ ਜਾਣਦੇ ਹਾਂ ਕਿ ਇਹ ਵਚਨ ਹੈ ਜੋ ਸਾਨੂੰ ਸਾਰਿਆਂ ਨੂੰ ਤਸੱਲੀ ਦਿੰਦਾ ਹੈ ਔਰ ਜਦ ਭਾਈ ਹੋਰੀ ਵਚਨ ਦੇ ਵਿੱਚੋਂ ਤਸੱਲੀ ਦੀਆਂ ਗੱਲਾਂ ਕਰਨ ਤਾਂ ਜ਼ਰੂਰ ਭੈਣ ਭਰਾਵਾਂ ਨੂੰ ਸ਼ਾਂਤੀ ਮਿਲੇ ਅਤੇ ਅੱਜ ਦਾ ਵਚਨ ਸਾਡੇ ਸਾਰਿਆਂ ਦੇ ਲਈ ਬਰਕਤ ਆਸ਼ੀਸ਼ ਦਾ ਕਾਰਨ ਬਣੇ ਅਤੇ ਪ੍ਰਾਰਥਨਾ ਯਿਸ਼ੂ ਮਸੀਹ ਦੇ ਨਾਮ 'ਚ ਮੰਗਦੇ ਆਮੇਨ ਹਾਲੇਲੂਇਆ ਜੀ ਬੋਲਾਂਗੇ ਹਾਲੇਲੂਇਆ ਅਤੇ ਆਓ ਅਸੀਂ ਪਵਿੱਤਰ ਬਾਈਬਲ 'ਚੋਂ ਪੜ੍ਹਦੇ ਹਾਂ ਉਪਦੇਸ਼ਕ 3 ਬਾਪ ਔਰ ਉਹਦੀ ਪਹਿਲੀ ਆਇਤ ਨੂੰ ਸ਼ੁਰੂ ਕਰਦੇ ਹਾਂ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੇ ਬੀਬੀ ਬੀਰੋ ਆਪਣਾ ਇਹ ਧਰਤੀ 'ਤੇ ਸਫ਼ਰ ਜਿਹੜਾ ਸੀ ਉਹਨਾਂ ਦਾ ਤੈਅ ਹੋ ਚੁੱਕਿਆ ਹੈ ਉਹਨਾਂ ਦਾ ਸਮਾਂ ਆ ਚੁੱਕਿਆ ਸੀਗਾ ਜਦ ਉਹ ਇਸ ਧਰਤੀ 'ਤੇ ਸੀਗੇ ਜਿਉਂਦੇ ਸੀਗੇ ਅਤੇ ਅੱਜ 28 ਸਾਲ ਮੈਨੂੰ ਸੇਵਾ ਕਰਦੇ ਨੇ ਹੋ ਗਏ ਅਤੇ 28 ਸਾਲ ਤੋਂ ਸਾਡੀ ਬੀਬੀ ਬੀਰੋ ਇਹ ਸਾਡੇ ਚਰਚ ਨਾਲ ਜੁੜੇ ਰੱਬ ਦੀ ਬਾਣੀ ਨਾਲ ਜੁੜੇ ਔਰ ਇਹਨਾਂ ਨੇ ਤੌਬਾ ਕੀਤੀ ਪ੍ਰਭ ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾ ਪਾਇਆ ਔਰ ਪ੍ਰਭ ਭੋਜ ਲੈਂਦੇ ਰਹੇ ਜਦੋਂ ਅਸੀਂ ਵਰਤ ਰੱਖਦੇ ਹੁੰਦੇ ਸੀਗੇ ਅਤੇ ਇਹ ਬੀਬੀ ਬਹੁਤ ਵਾਰੀ ਵਰਤ ਖਲਾਉਂਦੀ ਸੀ ਸੰਗਤ ਦਾ ਔਰ ਪ੍ਰਭੂ ਦੇ ਚਰਨਾਂ ਵਿੱਚ ਰਹਿੰਦੀ ਸੀ ਚੱਲਦੀ ਸੀ ਆ ਕੁਛ ਸਮੇਂ ਤੋਂ ਪਹਿਲਾਂ ਸਾਡੇ ਬੀਬੀ ਹੋਰਾਂ ਨੂੰ ਕੋਈ ਵੈਰੀ ਦੀ ਸ਼ਕਤੀ ਨੇ ਆਪਣਾ ਘੇਰਾ ਪਾਇਆ ਬਿਮਾਰੀ ਨੇ ਘੇਰਾ ਪਾਇਆ ਇਹ ਨਹੀਂ ਅਸੀਂ ਕਹਿ ਸਕਦੇ ਕਿ ਜਿਹੜਾ ਇਨਸਾਨ ਤੌਬਾ ਕਰਦਾ ਹੈ ਜਾਂ ਬਪਤਿਸਮਾ ਪਾਉਂਦਾ ਹੈ ਤਾਂ ਉਹਨੂੰ ਕੋਈ ਰੋਗ ਨਹੀਂ ਲੱਗ ਸਕਦਾ ਉਹਨੂੰ ਕੋਈ ਮੁਸ਼ਕਲ ਨਹੀਂ ਆ ਸਕਦੀ ਉਹਨੂੰ ਕੋਈ ਟੈਨਸ਼ਨ ਨਹੀਂ ਬਣ ਸਕਦੀ ਭੈਣੋ ਭਰਾਓ ਟੈਨਸ਼ਨ ਬਣ ਸਕਦੀ ਹੈ ਪਰ ਜਿਹੜਾ ਸਾਡਾ ਵਿਸ਼ਵਾਸ ਹੈ ਉਹ ਗਿਰਨਾ ਨਹੀਂ ਚਾਹੀਦਾ ਅਜੂਬ ਇੱਕ ਬਹੁਤ ਧਰਮੀ ਬੰਦਾ ਸੀ ਜਿਹਦੇ 'ਤੇ ਬੜੀਆਂ ਮੁਸ਼ਕਲਾਂ ਆਈਆਂ ਤੁਹਾਨੂੰ ਪਤਾ ਉਹਦੇ ਬਾਰੇ ਅਤੇ ਜਦ ਉਹ ਮੁਸ਼ਕਲਾਂ ਆਈਆਂ ਤਾਂ ਉਹਨਾਂ ਮੁਸ਼ਕਲਾਂ ਵਿੱਚ ਉਹ ਬੰਦਾ ਮਜ਼ਬੂਤ ਰਿਹਾ ਉਹਨਾਂ ਮੁਸ਼ਕਲਾਂ ਵਿੱਚ ਉਹ ਪ੍ਰਭੂ ਦੇ ਨਾਮ 'ਚ ਅੱਗੇ ਵੱਧਦਾ ਰਿਹਾ ਅਤੇ ਉਹਦਾ ਹੀ ਜਦੋਂ ਇਹ ਪਰਤਾਵੇ ਆਏ ਤਾਂ ਪਰਤਾਵੇ ਵਿੱਚ ਉਹਨੂੰ ਜਿੱਤ ਮਿਲੀ ਅੱਜ ਵੀ ਸਾਡਾ ਪਰਮੇਸ਼ੁਰ ਸਾਨੂੰ ਜਿੱਤਾਂ ਦੇਣ ਵਾਲਾ ਪਰਮੇਸ਼ੁਰ ਹੈ ਬੇਸ਼ੱਕ ਦੀ ਕੁਛ ਸਾਲਾਂ ਤੋਂ ਸਾਡੇ ਬੀਬੀ ਠੀਕ ਨਹੀਂ ਰਹੇ ਅਕਸਰ ਬਿਮਾਰੀ ਦੇ ਸ਼ਿਕਾਰ ਹੋਏ ਪਰ ਉਹਨਾਂ ਦੇ ਸਰੀਰ ਨੂੰ ਅਤੇ ਸ਼ੈਤਾਨ ਨੇ ਚੱਟ ਕਰ ਲਿਆ ਪਰ ਉਹਨਾਂ ਦੀ ਆਤਮਾ ਨੂੰ ਕਦੀ ਚੱਟ ਨਹੀਂ ਕਰ ਸਕਦਾ ਕਿਉਂਕਿ ਆਤਮਾ ਸਦਾ ਅੰਬਰ ਹੈ ਆਤਮਾ ਸਦਾ ਅੰਬਰ ਹੁੰਦਾ ਹੈ ਸਰੀਰ ਸਾਡੇ ਚੱਟੇ ਜਾ ਸਕਦੇ ਆ ਜਿੰਨੇ ਵੀ ਨਬੀ ਹੋਏ ਜਾਂ ਕਿੰਨੇ ਵੀ ਖੁਦਾ ਦੇ ਲੋਕ ਹੋਏ ਉਹਨਾਂ 'ਤੇ ਮੁਸ਼ਕਲ ਆਈਆਂ ਉਹਨਾਂ 'ਤੇ ਪਰੇਸ਼ਾਨੀਆਂ ਆਈਆਂ ਉਹਨਾਂ 'ਤੇ ਇਹ ਸਭ ਕੁਛ ਹੋਇਆ ਮਗਰ ਅੱਜ ਵੀ ਭਾਵੇਂ ਇਹ ਅਲਾਮਤਾਂ ਵਿੱਚ ਬੀਬੀ ਇਸ ਤਰੀਕੇ ਨਾਲ ਧਰਤੀ 'ਤੇ ਚਲੇ ਗਏ ਪਰ ਹੋਇਆ ਕਿ ਚਰਚ ਵਿੱਚ ਅੱਜ ਵੀ ਜਾਂਦੇ ਰਹੇ ਸਾਰੇ ਸੁਣਦੇ ਆ ਮੇਰੀ ਗੱਲ ਚਰਚ ਵਿੱਚ ਅੱਜ ਵੀ ਜਾਂਦੇ ਰਹੇ ਪਰ ਇਹਨਾਂ ਨੂੰ ਚੈਨ ਨਹੀਂ ਸੀ ਇਹ ਥੋੜ੍ਹਾ ਜਿਹਾ ਬਹਿੰਦੇ ਸੀਗੇ ਉਹ ਤੋਂ ਬਾਅਦ ਬਾਹਰ ਆ ਜਾਂਦੇ ਸੀ ਫਿਰ ਆ ਜਾਂਦੇ ਸੀ ਫਿਰ ਚਲੇ ਜਾਂਦੇ ਸੀ ਮਤਲਬ ਉਹਨਾਂ ਨੂੰ ਇੱਕ ਖਿੱਚ ਹੁੰਦੀ ਸੀ ਵੀ ਮੈਂ ਥੋੜ੍ਹਾ ਪ੍ਰਭੂ ਦੇ ਘਰ ਜਾਵਾਂ ਅਤੇ ਪਰ ਫਿਰ ਵੀ ਉਹਨਾਂ ਨੂੰ ਕੋਈ ਨਾ ਕੋਈ ਸਰੀਰਕ ਨਾਤਾ ਜਿਹੜਾ ਸੀ ਉਹਨਾਂ ਨੂੰ ਇੱਦਾਂ ਦਾ ਮੁਸ਼ਕਲ ਪਹੁੰਚਾਉਂਦਾ ਰਹਿੰਦਾ ਸੀ ਮਗਰ ਆਖਰ ਉਹਨਾਂ ਦੀ ਕੱਲ ਕੋਈ 5 ਕੁ ਦੇ ਕਰੀਬ ਇਹ ਜਦੋਂ ਮੇਰੇ ਕੋਲ ਮੋਇਆ ਭੈਣ ਜੀ ਮਕੋਇਆ ਆਈ ਹੈ ਅਤੇ ਮੈਂ ਘਰ ਸੀਗਾ ਅਤੇ ਮੈਨੂੰ ਕਹਿੰਦੇ ਵੀ ਪਾਪਾ ਜੀ ਬੀਬੀ ਜ਼ਿਆਦਾ ਠੀਕ ਨਹੀਂ ਹੈ ਪ੍ਰਾਰਥਨਾ ਕਰੋ ਮੈਂ ਇਹ ਨਹੀਂ ਪ੍ਰਾਰਥਨਾ ਕੀਤੀ ਕਿ ਸਾਡੀ ਬੀਬੀ ਛੁੱਟ ਜਾਏ ਇਹੋ ਜਿਹੀ ਪ੍ਰਾਰਥਨਾ ਨਹੀਂ ਹੈ ਇਹ ਪ੍ਰਾਰਥਨਾ ਸਾਨੂੰ ਕੋਈ ਹੱਕ ਨਹੀਂ ਮੈਂ ਪ੍ਰਭੂ ਨੂੰ ਅੱਗੇ ਬੇਨਤੀ ਕੀਤੀ ਪ੍ਰਭੂ ਜੋ ਤੇਰੀ ਰਜ਼ਾ ਹੈ ਉਹਦੇ ਵਿੱਚ ਆਪਾਂ ਖੁਸ਼ ਹਾਂ ਇਹ ਲੜਕੀ ਪ੍ਰਾਰਥਨਾ ਕਰਾ ਕੇ ਗਈ ਆ ਅਤੇ ਜਦੋਂ ਗਈ ਆ ਤਾਂ ਬਸ ਆਵਾਜ਼ ਆ ਗਈ ਵੀ ਬੀਬੀ ਤੇ ਚਲੀ ਗਈ ਜਿੰਨੇ ਸਾਹ ਨੇ ਕੋਈ ਧਰਤੀ 'ਤੇ ਘਟਾ ਨਹੀਂ ਸਕਦਾ ਜਿੰਨੇ ਸਾਹ ਨੇ
तो कोई बंदा वधा भी नहीं सकता। सारा मामला जो कुछ भी है ये प्रभु दे पास कहने समझ आई। तो असी पवित्र बाइबल चो एक हवाला पढ़न लगे हाँ, उन्होंने पढ़िए। हर एक काम का समा है, हरेक काम का समा एक है। समा है कहने समझ गए। जिन्ना चिर इंसान का सह नहीं मुकदा बंदा इस जगह नहीं आ सकता, जिंदा नहीं आ सकता। पर जो सह मुक गया तो फिर उसी उन्होंने घर में नहीं रख सकते। किने समझ आई? हरेक काम का एक समा है। किने समझ आए? हरेक काम का एक समा है, वेला है। आमीन। हरेक काम का एक वेला है। हर मनोरथ का, हरेक मनोरथ का जो आकाश के हेठा है, जो आकाश के हेठा है एक वेला है। एक वेला है। अज पढ़िए। एक जम्मन का वेला है। हाँ। एक मरण का वेला है। किन्ने इस गल नाल सहमत होए? एक जम्मन का है, मरण का है। एक मरण का है। जम्मन वाले दिन ते आपां बहुत खुश हैं, और मरण वाले दिन आपां खुश हैं नहीं। असी यह चाहते हैं कि साडा चाहे बजुर्ग होवे चाहे किदां दा भी होवे अजे भी साडे कोल ही रहे। जद साडे बीबी ए ज़्यादा बीमार होंदे सी उदों जिहड़े छोटे बच्चे सीगे, और इधर ये छोटा बच्चा है लव जी, और इधर पिछे होर एक, तेरा नाम की है? अभी होंदा है एक लड़की आ, उदा नाम की वंश वन। ते इदों उह छोटे सी, उदा मेरा पुराना चर सी बालियां वाला। ते बीबी घर विच मनेरे आए ते कहिंदे भी प्रार्थना करो, मेरा हाल बड़ा माड़ा है, ते दवा करो ता कि बच्चे बड़े छोटे है। ते मैं प्रभु नूं आख्या, प्रभु तू ए, ए, ए बीबी दे कृपा कर। उहदी राजा सी, मेरे आखे कुछ नहीं होना। अज ये बच्चे जवान हो गए, सारे दी छाए थले पले आ, ताई दे छाए थले पले आ, ताई दे छाए थले पले, जिदा जिदा भी है। पर अज वो बच्चे स्टैंड नहीं होने, पर मौका आ गया। परमेश्वर ने इस बीबी ने पता नहीं केड़े केड़े तरीके नाल इन्हां बच्चों की पालना पोषणा की थी। तो ये पालना पोषणा तो हैगी परमेश्वर को, साड़ी पालना पोषणा कोई नहीं कर सकता, पर विचकार कुछ जी दिंदा जिहदे विच साड़ी पालना पोषणा करदे है। तो इत्थे दस्सिया हरेक काम का वेला है, जम्मण का वेला है, मरण का वेला है, एक लाउण दा वेला है, एक लाउण दा वेला है, एक लाए होए नूं पुट्टण दा वेला है, एक लाए होए नूं पुट्टण दा वेला है। पढ़िए। एक मार सुट्टण दा वेला है, एक मार सुट्टण दा वेला है, अते एक चंगे करन दा वेला है, एक चंगे करन दा वेला है। अज वेला ए वे, अज असी इस बीबी दे पिछे आए। अजे भी जेड़े जी मरदे आ अजे ओह भागां वाले आ, क्योंकि उहनां दे पिछे कोई 100 जी आउंदा है। एक समां आउणा है, एक समा आना है जो आप अपने काम होएगा। अज कि संजोग लोग देंगे, कि प्यार करते हैं, किन्ने पिंड कट्ठे होंगे, कबर कड़ते हैं, और लागे बहते हैं, रात बहते हैं, दिन च बहते हैं, पर एक दिन आ जाना जो तो सारे एक आप अपने एक काम करना पैना। जेड़े बच्चे वो सेवा करते हैं, कबर पुटते, मैं कहना एक बड़ी वीडी सेवा है। बच्चो कदी गरेज ना करो, बच्चो कदी परहेज ना करो, ये भी ताड़ी सेवा का वेला है, और माँ प्यो की सेवा का भी एक वेला है। सारी बोलो, माँ प्यो की सेवा का भी एक उची जी बोलना पड़ा तुम सारे सारे मेरे ना बोलो, गर्मी तो नहीं लगनी है। माँ प्यो की सेवा करन दा भी एक सहमत हो? पर मैं ये गल हुण लगा करन, चल ये बीबी इस तरह चलेगी, हूँ कोई सेवा करने का वेला है? हूँ की है भला उत्थे रखने का वेला बस। हूँ अज इन्हां दा ये वेला है, अज ये वेला नहीं है कि अज असी इस बीबी के पैरों ते मत्थे टेकीए। बोलो, मेरे का समझ ही नहीं। मैं तुहाडे को भी थोड़ा थोड़ी गल लैनी है ना, तुम भी हाँ ना हाँ मिलाओ कि मैं एवं प्रचार करी जावां।
अज उन्हां दे पैरां नूं हाथ लाउण दा कोई मतलब नहीं, पैरां नूं मत्थे टेकण दा कोई मतलब नहीं, पैसे रखण दा कोई मतलब नहीं। अज नहीं ओ वेला, अज कोई वेला नहीं। अज इस तो अगे रजाइयां देण दा कोई वेला नहीं। किन्ने समझ आ गई? रजाइयां मैनू 28 साल हो गए सेवा करदे नूं, अज तक कोई बांह खड़ी करके कह दे कि भाई कशबीर ने इस दिन फलाने मरीज ते कंबल लए, रजाइयां लईयां, तलाइयां लईयां, पैरां ते पैसे जिहड़े रखे ओ लए, कोई बांह नहीं खड़ी कर सकदा। मैं तां बोल रहा हां क्योंकि मैं इन्हां चीज़ां चों रब ने इहनूं पास कीता है। हुण ये कोई वेला नहीं है, जिउंदे नूं नवालण दा वेला है, जिउंदे नूं कपड़ा देण दा वेला है, जिउंदे नूं भांडे देण दा वेला। की सहमत होए गल ना? जिउंदे दी मैं गल करने हूँ नहीं। वेखा कई बार कई मरियां नूं दिंदे आ, कई मरियां नूं कौलियां दिंदे आ, वेला खत्म हो गया। बिलकुल नहीं, बिलकुल नहीं। उच्ची बोलो हाले ले आ, हुण वेला खत्म है। तौबा दा भी वेला है, बसमें दा भी वेला है, चर्च जाण दा भी वेला है, रब दे घर जाण दा वेला, सेवा करन दा वेला, हर काम दा वेला है। किन्ने खुश हो? इस गल नाल सहमत होए? हुण रजाइयां देण दा वेला खत्म। रजाइयां खोण नहीं मरी, कपड़े खोण नहीं मिली मरी, दवाइयां खोण नहीं मरी। अज भी घर दवाइयां होणगियां, मैनूं पता अज भी पईयां जी जी। किन्ने नूं पता लग गया? मतलब जदों वक्त खत्म हो गया फिर साडा कोई नहीं है कि आ करिए आ करिए। ना उजड़ो, शायद मेरा प्रचार तुम ना ही चंगा लगे। ना उजड़ो, उजड़ का कोई मतलब नहीं, कोई फायदा नहीं। जिंदी साथी दवाई का वेला, जिंदी साथी कपड़े का वेला, जिंदी साथी हर तुम काम कर सकते हो। कहने खुश? हूँ वेला खत्म है, हूँ नहीं। मैं तो फिर कहना हूं, मैं बाहरी पिंड भी जाके प्रचार करना है, तो मैं कहना भी जो तुम ज्यादा ही देना है तो फिर वो वास्ते एक टैलीविजन ही रखो, उ LCD भी रखो, तो कोठा पा के दो, एक फ्रिज रख के दो, एक उत्थे एहोजियां चीज़ां रखो, एहोजियां रखो फिर के, क्योंकि फिर बुढ़िया बुढ़े सारे टैलीविजन के वेखन के LCD के शौकीन होंगे। बोलो भाई, फिर उन्होंने गैस सिलेंडर भरा के दो, एक रसोई बना के दो, चबारा बना के दो। मेरा मतलब फिर कबरां दे चबारे वास्ते आई आ? नहीं, बिल्कुल नहीं, बिल्कुल नहीं। उच्ची बोलो हाले ले आ। जिन्नी क साडे मां प्यो ने साडे नाल कीता हुंदा सी उन्नी सेवा नहीं कर सकी। ओहो ही मां, मैं वेख्या कि भाई गरीबू हरी दवाई लियांदे रहे, पता लग्गिया अज गरीबू दवाई लैके आ, नीलम लैके आई, आओ फलाना लैके आ, धमकाना लैके आ। मेरा मतलब बहुत वधिया है, जिन्ना तुसीं कीता फिर भी जो मां प्यो ने साडे नाल कीता है अजे नहीं कर पाए। इन्हां दी गल नहीं आ, इत्थे जिन्ने भी खड़े बैठे हैं मैं भी, असी नहीं मां प्यो दी उन्नी सेवा कर सकते। मां प्यो दा असी कदे देण नहीं दे सकते जो साडे मां बाप ने साडे नाल वक्त जाले हुंदे आ। और भैन भरो, मां गिले थां पावे, सानू सुक्की थां पावे, पावे सानू वधिया रोटी दे, आपां मिर्चा ना खाए। और मां इहो जी चीज आ, मां दा कदी देण नहीं दे। धरती तक कोई जमया नहीं, राजा महाराजा, कोई गरीब कोई अमीर कोई नहीं जमया। अज अज किन्ने अमीर ने जेडे अपने मां प्यो नूं सरावां च धक्कदे आ। बोलो बोलो, ये आ सारा मोबाइल जेड़ा इन्हां चीजां नाल भरिया पिया। भैन भरो, बिल्कुल नहीं है। अज किन्ने लोग है जेडे ऐसा दा कम करदे आ, उन्हां नूं कोई इन्हां चीजां दा फायदा नहीं। फायदा आए जिउंदी साथी नवाओ। किन्ने अनुसार सहमत हो? मेरी गल नाल सहमत हो? थोड़ा थोड़ा जींदी साथी, जींदी साथी दवाई दो, जींदी साथी जो कुछ भी तुहाडे को चलदा दिओ तारीफ। पर मैं ये नाल जाके करोड़ के गल बोलन दिया कि हुण अज तों अगे कोई कपड़ा देण दी लोड़ नहीं। मेरी तो कईआं नाल लड़ाई हो पैंदी हुंदी आ,
ਉਹ ਮੈਂ ਕਿਹਾ ਉਹ ਕਹਿੰਦੇ ਚਲੋ ਉਹ ਨਹੀਂ ਲੈਂਦਾ ਤੇ ਨਾ ਲੈ ਅਸੀਂ ਉੱਥੇ ਮਰਾਸੀ ਨੂੰ ਸੁੱਖੇ ਨੂੰ ਦੇ ਦਾਂਗੇ ਉਹ ਮੈਂ ਸੁੱਖੇ ਨੂੰ ਦੋ ਦਾ ਭੁੱਖੇ ਨੂੰ ਦੇ ਦੋ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਮੈਨੂੰ ਇਹ ਟੈਨਸ਼ਨ ਹੈ ਵੀ ਇਹਨੂੰ ਨਹੀਂ ਪਹੁੰਚਣਾ ਇਹਨੂੰ ਨਹੀਂ ਪਹੁੰਚਣਾ ਮੈਂ ਖੁਸ਼ ਹੋ ਸਕਦਾ ਮੈਂ ਖੁਸ਼ ਹੋ ਸਕਦਾ ਪਰ ਜਦੋਂ ਦੇਣ ਦਾ ਮੌਕਾ ਉਦੋਂ ਨਹੀਂ ਦਿੰਦੇ ਸਾਡੇ ਬੱਚਿਆਂ ਦੇ ਵਿਆਹ ਹੁੰਦੇ ਆ ਉਦੋਂ ਕਹਿੰਦੇ ਤੁਸੀਂ ਘਰ ਦੇ ਹੀ ਬੰਦੇ ਤੁਹਾਡੇ ਨਾਲ ਬਾਅਦ 'ਚ ਕਰ ਲਾਂਗਾ ਇਹ ਗੱਲ ਪਰ ਮੈਂ ਕਹਿੰਦਾ ਜਦੋਂ ਮਰ ਮੁਰ ਜਾਂਦਾ ਉਦੋਂ ਕਹਿੰਦੇ ਸਾਡਾ ਨੱਕ ਨਹੀਂ ਰਹਿੰਦਾ ਅਸੀਂ ਰਜਾਈ ਦੇਣੀ ਹੀ ਦੇਣੀ ਉਹ ਨਾ ਦਿਓ ਨਾ ਦਿਓ ਨਾ ਦਿਓ ਮੇਰੀਆਂ ਪੰਜ ਕੁੜੀਆਂ ਅਤੇ ਪੰਜਾਂ ਕੁੜੀਆਂ ਨੂੰ ਮੈਂ ਕਹਾਂਗਾ ਮੈਂ ਪਤਾ ਨਹੀਂ ਕਿੰਨਾ ਕੁ ਜਨਾਜ਼ਾ ਕੀਤਾ ਪਤਾ ਨਹੀਂ ਰਜਾਈਆਂ ਕਿੰਨੀਆਂ ਹੋਣੀਆਂ ਏ ਤਲਾਈਆਂ ਕਿੰਨੀਆਂ ਹੋਣੀਆਂ ਏ ਕਈ ਜੋ ਵੀ ਮੈਂ ਮੰਗਦਾ ਉਹ ਮਿਲੀ ਜਾਣਾ ਸੀ ਪਰ ਨਹੀਂ ਨਹੀਂ ਜਿਉਂਦੇ ਦਾ ਦਾਨ ਹੈ ਜਿਉਂਦੇ ਦਾ ਦਾਨ ਹੈ ਜਿਉਂਦੇ ਦਾ ਮਰ ਕੋਈ ਦਾਨ ਨਹੀਂ ਹੁਣ ਮੰਨ ਲਓ ਬੀਬੀ ਮਰ ਗਈ ਹੈ ਮਿੱਟੀ ਦੀ ਢੇਰੀ ਆ ਇੱਥੇ ਅਸੀਂ ਪੈਰਾਂ 'ਤੇ ਰੱਖੀ ਜਾਈਏ ਪੈਸੇ ਅਤੇ ਫਿਰ ਉਹਨੂੰ ਮੈਂ ਆਪਣੇ ਬੋਝ 'ਚ ਪਾਵਾਂ ਮੈਂ ਪਾਦਰੀ ਨਹੀਂ ਹਾਂ ਮੈਂ ਪਖੇਲਾ ਹੈ ਲੋਭੀ ਹੈ ਕਿਉਂਕਿ ਮਿੱਟੀ ਹੈ ਅਤੇ ਮਿੱਟੀ ਦੀ ਵਾਲੀ ਕੋਈ ਚੀਜ਼ ਨਹੀਂ ਆਪਾਂ ਲੈਣੀ ਕਈਆਂ ਲੋਕਾਂ ਨੇ ਜ਼ਿੱਦ ਕੀਤੀ ਮੈਂ ਉਹਨਾਂ ਨੂੰ ਵਾਪਸ ਘਰਾਂ ਵਿੱਚ ਦਿਆ ਮੈਂ ਕਿਹਾ ਮੈਂ ਨਹੀਂ ਨਾ ਇੱਥੇ ਖੰਡ ਖੁੰਡ ਚਾਹ ਚੂ ਪਿਲਾ ਦਿਓ ਸੋ ਇਸ ਕਰਕੇ ਕਦੀ ਨਾ ਆਸਾ ਕਰੋ ਹੁਣ ਬਸ ਜਨਾਜ਼ਾ ਹੋ ਗਿਆ ਥੋੜ੍ਹਾ ਟਾਈਮ ਗਰਮੀ ਬਹੁਤ ਜ਼ਿਆਦਾ ਹੈ ਹੁਣ ਸਮਝ ਲਓ ਮੇਰੀ ਗੱਲ ਕਿੰਨੇ ਸਮਝ ਗਏ ਜਿੰਨੇ ਪਿੰਡਾਂ 'ਚੋਂ ਵੀ ਆਏ ਬਾਹਰੋਂ ਉਹ ਵੀ ਸੋਚ ਲਓ ਇਹ ਤੰਬੂ ਹੈ ਇਹ ਤੰਬੂ ਬਿਮਾਰੀਆਂ ਦਾ ਭਰਿਆ ਅਸੀਂ ਇੱਕ ਦਿਨ ਜਾਣਾ ਸਾਰਿਆਂ ਜਾਣ ਤੋਂ ਪਹਿਲਾਂ ਅਗਰ ਕੋਈ ਜੀਵਨ ਦਿੰਦਾ ਹੈ ਉਹਨੂੰ ਸ਼ਾਂਤੀ ਹੈ ਉਹਨੂੰ ਆਨੰਦ ਹੈ ਇਹ ਬੀਬੀ ਭਾਵੇਂ ਇੱਥੇ ਕਿਸੇ ਤਰੀਕੇ ਨਾਲ ਵੀ ਮਰੀ ਹੈ ਕਿਸੇ ਵੀ ਬਿਮਾਰੀ ਨਾਲ ਮਰੀ ਹੈ ਪਰ ਇਹਦੀ ਰੂਹ ਸ਼ਾਂਤੀ ਵਾਲੀ ਵਚਨ ਕਹਿੰਦਾ ਮੈਂ ਕਹਾਂਗਾ ਕਿ ਕੋਈ ਬੰਦਾ ਸ਼ਰਾਬੀ ਹੋਵੇ ਕੋਈ ਰੱਬ ਦੇ ਲਾਗੇ ਵੀ ਨਾ ਗਿਆ ਹੋਵੇ ਅਤੇ ਉਹਦੇ ਵਾਸਤੇ ਉਹਨੂੰ ਆਖੀ ਤੁਸੀਂ ਸ਼ਾਂਤੀ ਦੇ ਇਹਨੂੰ ਸ਼ਾਂਤੀ ਦੇ ਗਾ ਸਕਦੇ ਅਸੀਂ ਜਿੰਨਾ ਮਰਜ਼ੀ ਗਾਓ ਸ਼ਾਂਤੀ ਤੁਹਾਡੇ ਆਖੇ ਥੋੜ੍ਹੀ ਮਿਲ ਜਾਣੀ ਸ਼ਾਂਤੀ ਤਾਂ ਇਹਦੇ ਵਿੱਚ ਆਇਆ ਮਿਲਣੀ ਆ ਸਾਡੇ ਗਾਉਣ ਨਾਲ ਸ਼ਾਂਤੀ ਥੋੜ੍ਹੀ ਮਿਲ ਜਾਣੀ ਹੈ ਬੋਲੋ ਬੋਲੋ ਸਾਡੇ ਗਾਉਣ ਨਾਲ ਸ਼ਾਂਤੀ ਨਹੀਂ ਮਿਲਣੀ ਸ਼ਾਂਤੀ ਮਿਲਣੀ ਆ ਸਾਡੇ ਕੰਮਾਂ ਨਾਲ ਅਤੇ ਇੱਕ ਐਤਵਾਰ ਪੜ੍ਹਦੇ ਹਾਂ ਬਾਈਬਲ 'ਚ ਅੱਗੇ ਚੱਲਦੇ ਹਾਂ ਪ੍ਰਕਾਸ਼ ਦੀ ਪੋਥੀ 14 ਬਾਪ ਉਹਦੀ ਪਹਿਲੀ ਮੇਰੇ ਖਿਆਲ 14 ਨਹੀਂ 14 ਹੋ ਸਕਦਾ ਵੇਖੋ ਕਿੱਥੇ ਧੰਨ ਹਾਂ 14 ਲਿਖੋ ਆਪਾਂ ਪੜ੍ਹੋ ਫਿਰ ਮੈਂ ਆਕਾਸ਼ ਤੋਂ ਇੱਕ ਆਵਾਜ਼ ਆਕਾਸ਼ੋ ਇਹ ਆਖਦੇ ਸੁਣੀ ਠੀਕ ਹੈ ਬਈ ਲਿਖ ਲੈ ਹਾਂ ਤਨ ਉਹ ਮੁਰਦੇ ਤਨ ਉਹ ਮੁਰਦੇ ਜਿਹੜੇ ਇਹਦੇ ਅੱਗੇ ਪ੍ਰਭੂ ਦੇ ਵਿੱਚ ਹੋ ਕੇ ਮਰਨ ਕਿਹਦੇ ਵਿੱਚ ਪ੍ਰਭੂ ਦੇ ਤਨ ਉਹ ਮੁਰਦੇ ਜਿਹੜੇ ਪ੍ਰਭੂ ਦੇ ਵਿੱਚ ਹੋ ਕੇ ਮਰਨ ਆਤਮਾ ਆਖਦਾ ਹੈ ਆਤਮਾ ਆਖਦਾ ਹੈ ਹਾਂ ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਆਰਾਮ ਮਿਲੇਗਾ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਦੀ ਭਗਤੀ ਤੋਂ ਆਰਾਮ ਮਿਲੇਗਾ ਉਹਨਾਂ ਦੀ ਭਗਤੀ ਤੋਂ ਉਹਨਾਂ ਨੂੰ ਮਿਲ ਜਾਏਗਾ ਆਰਾਮ ਤਾਰੀਫ ਗਾਉਣਾ ਨਹੀਂ ਭਗਤੀ ਉਹਨਾਂ ਦੀ ਭਗਤੀ ਕੀਤੀ ਹੋਈ ਤੋਂ ਉਹਨਾਂ ਨੂੰ ਕੀ ਮਿਲੇਗਾ ਆਰਾਮ ਮਿਲੇਗਾ ਅੱਗੇ ਚੱਲੀਏ ਦੋ ਮਿੰਟ ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ ਨਾਲ ਕਿੰਨਿਆਂ ਨੂੰ ਸਮਝ ਗਏ ਉਹਨਾਂ ਦੇ ਸਾਡੇ ਜਿੰਨੇ ਵੀ ਅਸੀਂ ਬੈਠੇ ਉਹਨਾਂ ਦੇ ਕੰਮ ਉਹਨਾਂ ਦੇ ਨਾਲ ਨਾਲ ਜਾਂਦੇ ਆ ਸਾਡੇ ਕੰਮਾਂ ਦਾ ਹਿਸਾਬ ਹੋਣਾ ਇੱਕ ਦਿਨ ਮਤ ਸੋਚਿਓ ਚੈਂ ਤੇ ਫੁੜਕਲ ਪੰਜੂ ਨਹੀਂ ਚੱਲਣਾ ਇੱਥੇ ਚੱਲ ਜਾਣਾ ਉੱਥੇ ਨਹੀਂ ਚੱਲਣਾ ਉੱਥੇ ਨਹੀਂ ਚੱਲਣਾ ਉੱਥੇ ਦੱਸਿਆ ਉਹਨਾਂ ਦੇ ਕੰਮ ਉਹਨਾਂ ਦੇ ਨਾਲ ਨਾਲ ਜਾਂਦੇ ਹਨ ਚੱਲੀਏ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਬਈ ਇੱਕ ਚਿੱਟਾ ਬੱਦਲ ਹੈ ਉੱਚੀ ਬੋਲਦੇ ਹਾਲੇਲੂਯਾ ਕਿੰਨੇ ਇਸ ਗੱਲ ਨਾਲ ਸਹਿਮਤ ਹੋ ਕੰਮਾਂ ਤਾਂ ਹਿਸਾਬ ਹੋਣਾ ਹਰੇਕ ਕੰਮ ਦਾ ਫੈਸਲਾ ਹੋਣਾ ਹਰੇਕ ਕੰਮ ਦਾ ਸਮਾਂ ਵੀ ਹੈ ਮੈਂ ਕਹਿ ਰਿਹਾ ਤੋਬਾ ਦਾ ਸਮਾਂ ਮੈਂ ਕਹਿੰਦਾ ਬਸਵੇਂ ਦਾ ਸਮਾਂ ਪ੍ਰਭੂ ਭੋਜ ਲੈਣ ਦਾ ਸਮਾਂ ਚਰਚ ਜਾਣ ਦਾ ਸਮਾਂ ਤੇ ਰੱਬ ਦੇ ਲਾਗੇ ਪੱਕੇ ਤੌਰ ਤੇ ਜਾਣ ਦਾ ਮੌਕਾ ਹਾਲੇਲੂਯਾ ਹਰੇਕ ਕੰਮ ਦਾ ਸਮਾਂ ਜੰਮਣ ਦਾ ਮਰਨ ਦਾ ਤੇ ਫਿਰ ਮਰਨ ਦਾ ਵੀ ਇਹ ਬੂਟੇ ਲੱਗੇ ਆ ਇਹ ਚੱਲ ਰਹੇ ਆ ਇੱਕ ਦਿਨ ਇਹਨਾਂ ਦਾ ਕੱਟੇ ਹੀ ਜਾਣੇ ਵਿਚਾਰੇ ਇਸੇ ਤਰ੍ਹਾਂ ਬੰਦਾ ਹੈ ਇਸੇ ਤਰ੍ਹਾਂ ਇਨਸਾਨ ਇਸ ਧਰਤੀ 'ਤੇ ਆਇਆ ਚਲਾ ਗਿਆ ਇਹ ਨਹੀਂ ਆ ਵੀ ਵਾਰ ਵਾਰ ਆਉਂਦਾ ਅਤੇ ਵਾਰ ਵਾਰ ਜਾਂਦਾ ਕਈ ਲੋਕ ਇਹ ਵੀ ਕਹਿੰਦੇ ਆ ਬੰਦਾ ਜੰਮਦਾ ਹੈ ਬੰਦਾ ਮਰਦਾ ਹੈ
फिर कहंदे आ आउंदा है ते जांदा है। कई दी कहंदे ओ कुत्ता बन गया, कदी ओ बिल्ला बन गया, कदी संडा बन गया, संडी बन गई, कुत्ता बन गया, कुत्ते बन गए, चले बड़ा नहीं की लोकी कहंदे। बिलकुल नहीं, बाइबल कहंदी आ एक वरा बंदा जमदा है ते एक वरा ही मरदा है, उस तो बाद ओदा न्याय धनी दा होया कि नहीं होया। लाजर गया कि नहीं शांति वाली जगह, दूजी बार नहीं। मैं कहना जे बंदा बन के असी भगती नहीं कीती, कुत्ता बन के करांगे। कई कहंदे ने हुण फलानी जून च पै गया, नहीं जून ना होण गया, पर मैं कहना वचन दे मुताबिक अहीं वचन लैणा, अहीं किसे बंदे नूं नहीं लैणा, असीं वचन लैणा कि इक्के ने जमदा ते इक्के ने मरदा। न्या न्या किन्ने करना भला? परमेश्वर ने, परमेश्वर ने। बंदे का कोई न्याय नहीं उत्थे, बंदे का कोई उत्थे न्याय नहीं, मतलब बंदे ने नहीं न्याय करना, न्याय परमेश्वर ने करना। बस इन मैं छड़ देना है, खुदा बहुत बरकत दे। अखा बंद कर लो, दुआ कर। सच्चे और जिंदा परमेश्वर तेरा शुक्र कर दे, तेरा धन्यवाद कर दे। तू धन्यवाद दे लायक साडा परमेश्वर है, तू महान परमेश्वर है, तू सर्वशक्तिमान साडा परमेश्वर है, तू कल अज और जुगो जुग इको जिहा साडा परमेश्वर है, ना बदलने वाला तू साडा परमेश्वर है। असीं बीबी बीरो रूह तेरे हथां सुख है, रूह तेरे हजूर शांति वाली जगह है। भावें इत्थे बहुत दुख सहे, बड़िया मुसीबतें सहियां, बड़ा बीमारी ना कुली, पर अरे शरीर ते हो गया इदां दा, पर रूह शांति जगह उहदे परिवार नूं, उहदे बच्चियां नूं, उहनां दी बेटी नूं, और आए रिश्तेदारां नूं, नगर दे लोकां नूं, महल्ले दे लोकां नूं तेरे हत्थां विच दिंदे। सब नूं हौसला ते सब नूं तसल्ला दे। इह नहीं कह सकदे चलो जी बड़ा बजुर्ग सी इह चला गया ठीक हो गया, ने ये असी नहीं शब्द बोलना, असी ये कहना है कि जो तेरी रजा है असी उहदे च खुश हैं। असी अपना कोई भी बारा शब्द बोल के कदी कामयाब नहीं हो सकते, जे बोलीए तो तेरे वचन नूं बोलीए। खुदावंद सारे आसे दुआ कीती है, बहुत कृपा कर, बहुत फजल कर। ये मिट्टी आ, असी मिट्टी मिट्टी नूं मिट्टी दे हवाले करके चले हैं। उस जिन्हां पाइयां ने इस सेवा कीती है, कब्र पुट्टी है, उन्हें पाइया ते कृपा कर, और सारे नगर महल्ले ते दया कर। ये खुदावंद खुदा ये जिहड़े प्यार ने जिहड़े पिंड बजे है इस करके होंदे, क्योंकि हरग मरग आ गई जां खुशी गमी आ गई तो सानू सारे नूं इकट्ठे होके ये काम करना चाहिए। सो मेरी प्रार्थना है भाई गरीब वास्ते और उन्होंने पत्नी उन्होंने बच्चों वास्ते और भाई पग्गी वास्ते उन्होंने बच्चों वास्ते भाई प्रेम वास्ते उन्हें बच्चों वास्ते रीटा वास्ते उन्हें परिवार बच्चों वास्ते मतलब सारे जो भी रिश्तेदार आए ने राम मिला के मैं सब नूं तेरा हत्थां दिना सत्य कृपा यीशु मसीह ने आए साढ़े बाप जो आमेन ਤੁਸੀਂ ਬੋਲਾਂਗੇ ਹਾਲੇਲੂਇਆ ਹਾਲੇਲੂਇਆ। ਇੱਕ ਛੋਟਾ ਕੋਰਸ ਗਾਨੇ ਜੀਨਾ ਮੇਰੇ ਲਈ ਮਸੀਹ ਮਰਨਾ ਲਾਭ ਹੈ ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਇਹਨਾਂ ਵਾਸਤੇ ਮਰਨਾ ਲਾਭ ਹੈ ਜੋ ਮਸੀਹ ਵਿੱਚ ਹੋ ਕੇ ਮਰੇ ਉਹਨਾਂ ਵਾਸਤੇ ਲਾਭ ਹੈ। ਧਨੀ ਨੂੰ ਕੋਈ ਲਾਭ ਨਹੀਂ ਮਿਲਿਆ, ਲਾਜ਼ਰ ਨੂੰ ਮਿਲਿਆ, ਉਹ ਪ੍ਰਭੂ ਵਿੱਚ ਹੋ ਕੇ ਮਰਿਆ ਔਰ ਪ੍ਰਭੂ ਵਿੱਚ ਉਹਨੂੰ ਤਸੱਲਾ ਉੱਤੇ ਉਹ ਕਹਿੰਦਾ ਹੈ ਇੱਕ ਪਾਣੀ ਦੀ ਬੂੰਦ ਬਿਲਕੁਲ ਉੱਥੇ ਪਾਣੀ ਨਹੀਂ ਮਿਲਣਾ, ਇੱਥੇ ਜੋ ਮਰਜ਼ੀ ਕੋ ਕਰੇ ਉੱਥੇ ਨਹੀਂ ਮਿਲਣਾ। ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ ਮੈਂ ਜ਼ਿੰਦਗੀ ਚ ਹਮੇਸ਼ਾ ਚੰਗੀ ਲੜਾਈ ਲੜਾਂਗਾ। ਸੁਣੀਏ ਇਸ ਬੀਬੀ ਨੇ ਜ਼ਿੰਦਗੀ ਚ ਚੰਗੀ ਲੜਾਈ ਲੜੀ ਹੈ। ਆਮੇਨ। ਮੈਂ ਜ਼ਿੰਦਗੀ ਚ ਹਮੇਸ਼ਾ ਚੰਗੀ ਲੜਾਈ
ਡਾਂਗਾ ਇਹਨਾ ਗਵਾਚੇ ਦੀ ਮੇਥੋਂ ਨੇਚਾ ਦੀ ਸਾਂਭ ਕਰਾਂਗਾ ਨੇਚਾ ਦੀ ਸਾਂਭ ਕਰਾਂਗਾ ਮੇਰੇ ਜਮਾਨੇ ਦਾ ਜੰਤੂ ਉੱਡਦਾ ਉਕਾਬ ਹੈ ਮੇਰੇ ਜਮਾਨੇ ਦਾ ਜੰਤੂ ਉੱਡਦਾ ਉਕਾਬ ਹੈ ਭਾਵੇਂ ਪਰੇਸ਼ਾਨੀਆਂ ਦਾ ਭਾਵੇਂ ਪਰੇਸ਼ਾਨੀਆਂ ਦਾ ਪਰਿਆਤ ਲਾਭ ਹੈ ਮੇਰੇ ਲਈ ਮਸੀਹ ਮਰਨਾ ਲਾਭ ਹੈ ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ ਮਰਨਾ ਲਾਭ ਹੈ ਮਰਨਾ ਲਾਭ ਹੈ ਮਸੀਹ ਵਿੱਚ ਜੀਉਣਾ ਹੈ ਮਸੀਹ ਵਿੱਚ ਮਰਨਾ ਹੈ ਖੁਦਾ ਬਰਕਤ ਦੇ ਖੁਦਾ ਤੁਹਾਡੀ ਹਰ ਪਖਤ ਮਦਦ ਕਰੇ ਜਿਹੜੇ ਭਾਈ ਮੰਜੀ ਚੁੱਕਣ ਵਾਲੇ ਨੇ ਮਿਹਰਬਾਨੀ ਪ੍ਰਚਾਰ ਕੀਤਾ ਗਿਆ ਹੈ ਇਹ ਸਰੀਰ ਮਿੱਟੀ ਹੈ ਔਰ ਮਿੱਟੀ ਨੂੰ ਮਿੱਟੀ ਦੇ ਵਿੱਚ ਦਫਨਾ ਦਿੱਤਾ ਗਿਆ ਹੈ ਅਤੇ ਜਿੰਨਾ ਵੀ ਭਾਈਆਂ ਨੇ ਕਬਰ ਕੱਢਣ ਦੀ ਸੇਵਾ ਕੀਤੀ ਹੈ ਸਭਨਾਂ ਨੂੰ ਪ੍ਰਭੂ ਯਿਸੂ ਬਹੁਤ ਬਰਕਤ ਦੇ ਵੱਖ ਵੱਖ ਤਰੀਕਿਆਂ ਦੇ ਨਾਲ ਭਾਈਆਂ ਦੇ ਦੁਆਰਾ ਭੈਣਾਂ ਦੁਆਰਾ ਸੇਵਾਵਾਂ ਕੀਤੀਆਂ ਗਈਆਂ ਹਨ ਖਾਣੇ ਖਿਲਾਏ ਗਏ ਹਰ ਪੱਖ ਸੇ ਸਭ ਭੈਣ ਭਰਾਵਾਂ ਦੀ ਮਦਦਕਾਰ ਸਾਰੇ ਪਰਿਵਾਰ ਨੂੰ ਹੌਸਲਾ ਤਸੱਲੀ ਦੇ ਜੋ ਭੈਣ ਭਰਾਵਾਂ ਨੇ ਵਚਨ ਸੁਣਿਆ ਉਸ 'ਤੇ ਗੌਰ ਅਮਲ ਕਰਨ ਦੀ ਸ਼ਕਤੀ ਦੇ ਪ੍ਰਾਰਥਨਾ ਯਿਸੂ ਮਸੀਹ ਦੇ ਨਾਮ ਆਮੀਨ।